ਯੈਸ ਅਸਲਾਮ ਵਾਲੇਕੁਮ ਜੀ। ਇਹ ਜਨਾਬ ਦੇ ਵਾਲੀ ਏ ਸੀ ਲਾਉਣਾ ਹੈ ਜੀ, ਅਤੇ ਏ ਸੀ ਦਾ ਜ਼ਰਾ ਹਾਲ ਚੈੱਕ ਕਰੋ। ਇਹ ਬੰਦੇ ਨੇ ਸਾਨੂੰ ਏ ਸੀ ਲਾਉਣ ਵਾਸਤੇ ਦਿੱਤਾ, ਅਤੇ ਮੁਸਤਮਲ ਏ ਸੀ ਹੈ, ਅਤੇ ਪੈਪਾਂ ਦਾ ਹਾਲ ਚੈੱਕ ਕਰੋ, ਜੁਆਇੰਟ ਹੀ ਜੁਆਇੰਟ ਨੇ ਟੋਟਲੀ, ਜਿਹੜਾ ਨਾ ਪੈਪ ਜਿੰਨਾ ਵੀ ਹੈ ਇਹ ਟਾਂਕੇ ਟਾਂਕੇ ਲੱਗੇ ਨੇ। ਜਿਹੜਾ ਪਿੱਛੋਂ ਮਸੂਰਾ ਆ ਰਿਹਾ ਇਹਨੂੰ ਵੀ ਟਾਂਕੇ ਲੱਗੇ ਨੇ ਆ ਰਿਹਾ ਜੀ। ਅਤੇ ਗੱਲ ਕਰਨ ਦਾ ਮਕਸਦ ਇਹ ਹੈ ਕਿ ਅੱਜ ਕੱਲ੍ਹ ਟਰੈਂਡ ਬਣਿਆ ਹੋਇਆ ਹੈ, ਲੋਕ ਜਿਹੜੇ ਨੇ ਆ ਜਾਂਦੇ ਨੇ ਕਿਸੇ ਜਗ੍ਹਾ 'ਤੇ ਏ ਸੀ ਲਾਉਣ, ਉਹ ਟਾਂਕੇ ਟੂੰਕੇ ਵੇਖਦੇ ਨੇ, ਉਹ ਪੁਰਾਣੇ ਕਾਰੀਗਰ ਨੂੰ ਗਾਲਾਂ ਕੱਢਣ ਲੱਗ ਪੈਂਦੇ ਨੇ ਕਿ ਜਿਹਦੇ ਇੱਥੇ ਪੁਰਾਣਾ ਕਾਰੀਗਰ ਆਇਆ ਸੀ ਅਤੇ ਉਹਨੇ ਬੇੜਾ ਗਰਕ ਕਰਤਾ ਏ ਸੀ ਦਾ, ਠੀਕ ਹੈ ਨਾ। ਅਤੇ ਯਾਰ ਸਾਰਾ ਕਸੂਰ ਪੁਰਾਣੇ ਕਾਰੀਗਰ ਦਾ ਨਹੀਂ ਹੁੰਦਾ, ਉਸ ਕਸਟਮਰ ਦਾ ਵੀ ਕਸੂਰ ਹੁੰਦਾ। ਹੁਣ ਇਹ ਏ ਸੀ ਉਹ ਮੁਸਤਮਲ ਲੈ ਕੇ ਆਇਆ ਹਰਾਜ ਦੇ ਵਿੱਚੋਂ ਸੈਕਿੰਡ ਹੈਂਡ, ਅਤੇ ਪਿੱਛੋਂ ਉਹਨੂੰ ਇਸ ਤਰ੍ਹਾਂ ਦਾ ਮਿਲਿਆ ਏ ਸੀ, ਹੁਣ ਇਹਦੇ ਨਾਲ ਨਟ ਨੁੱਟ ਕੋਈ ਨਹੀਂ ਹੈਗੇ, ਠੀਕ ਹੈ ਨਾ। ਅਤੇ ਇਹਦਾ ਹੁਣ ਹੱਲ ਇਹੋ ਹੀ ਹੈ ਕਿ ਇਹਨੇ ਵੈਲਡ ਹੀ ਹੋਣਾ, ਅਤੇ ਇਹਨੂੰ ਵੈਲਡ ਕਰਨੇ ਆ ਜ਼ਰਾ ਬਿਹਤਰੀਨ ਜਿਹੇ ਤਰੀਕੇ ਨਾਲ ਜ਼ਰਾ, ਅਤੇ ਖੂਬਸੂਰਤ ਜੀ ਕਿ ਇਹ ਹੁਣ ਜ਼ਰਾ ਸੋਹਣਾ ਬੜਾ ਕੰਮ ਕਰਨੇ ਆ, ਤਾਂ ਬਿਹਤਰੀਨ ਟਾਂਕੇ ਟੂੰਕੇ ਲਾ ਕੇ ਇਹਨੂੰ ਅਤੇ ਓਕੇ ਕਰਕੇ ਆਜ਼ਲ ਟੇਪ ਕਰਨੇ ਆ ਇਹਨੂੰ। ਅਤੇ ਭਰਾਓ ਜ਼ਰਾ ਜਿੱਥੇ ਵੀ ਕਿਤੇ ਕੰਮ ਕਰਨ ਜਾਂਦੇ ਹੋ ਨਾ, ਅਤੇ ਪੁਰਾਣੇ ਗਾਹਕ ਨੂੰ ਕਾਰੀਗਰ ਨੂੰ ਐਵੇਂ ਗੱਲ ਨਾ ਕੱਢਣ ਲੱਗ ਪਿਆ ਕਰਿਆ ਜੀ, ਠੀਕ ਹੈ ਨਾ। ਕਿਉਂਕਿ ਕੁਛ ਚੀਜ਼ ਦਾ ਕੋਈ ਸਿਸਟਮ ਹੀ ਇਸ ਤਰ੍ਹਾਂ ਦਾ ਹੁੰਦਾ ਕਿ ਹੁਣ ਇਹ ਕਸਟਮਰ ਨੇ ਸਾਨੂੰ ਚੀਜ਼ ਹੀ ਉਸ ਤਰ੍ਹਾਂ ਦੀ ਦਿੱਤੀ ਹੈ ਕਿ ਇਹ ਵੈਲਡ ਹੀ ਹੋਣੀ ਹੈ, ਇਹਦਾ ਹੋਰ ਹੱਲ ਕੋਈ ਨਹੀਂ। ਇਹਨੂੰ ਵੈਲਡ ਕਰਕੇ ਤਾਂ ਫਿਰ ਹੀ ਜਿਹੜਾ ਨਾ ਇਹਦੀ ਫਿਟਿੰਗ ਹੋਏਗੀ। ਹੁਣ ਅਗਰ ਸਾਨੂੰ ਕਸਟਮਰ ਕੋਈ ਚੀਜ਼ ਅੱਛੀ ਪ੍ਰੋਵਾਈਡ ਕਰਦਾ, ਮੁਕੰਮਲ ਸੈਟਅਪ ਹੁੰਦਾ, ਤਾਂ ਅਸੀਂ ਉਹਦਾ ਮੁਕੰਮਲ ਤਰੀਕੇ ਨਾਲ ਨਟ ਵਗੈਰਾ ਅਤੇ ਜਿਹੜਾ ਨਾ ਫਲੇਅਰ ਵਗੈਰਾ ਬਣਾ ਕੇ ਅਸੀਂ ਉਹਨੂੰ ਨਟ ਐਡ ਕਰਨੇ ਆ। ਲੇਕਿਨ ਹੁਣ ਇਹਦੇ ਦਾ ਕੋਈ ਸਿਸਟਮ ਨਹੀਂ ਹੈਗਾ, ਇੱਥੇ ਨਟ ਨੁਟ ਕੋਈ ਨਹੀਂ, ਅਤੇ ਇਹ ਹੁੰਦਾ ਇਹਨੂੰ ਵੈਲਡ ਹੀ ਕਰਨਾ ਪੈਣਾ, ਅਤੇ ਸਾਰਾ ਕਸੂਰ ਜਿਹੜਾ ਨਾ ਉਹ ਪੁਰਾਣੇ ਗੱਲ ਦਾ ਨਾ ਕੱਢਣ ਲੱਗ ਪਿਆ ਕਰੋ। ਕੋਈ ਕਸੂਰ ਬੰਦੇ ਦਾ ਆਪਣਾ ਵੀ ਹੁੰਦਾ, ਠੀਕ ਹੈ ਨਾ, ਕਸਟਮਰ ਦਾ ਜਿਹੜਾ ਕਾਰੀਗਰ ਹੁੰਦਾ ਉਹਦਾ ਨਾ ਸਾਰਾ ਕਸੂਰ ਕੱਢੀ ਜਾਇਆ ਕਰੋ। ਸ਼ਕਲ ਵਿੱਚ ਵੀ